हाँ उधरों पैसे आ गए और विह वालों परसों जिन्ना गोश्त गया चार मन है तू पुछ रहे भाए ने तो उन्होंने दे दिता वा गोश्त चौलों वास्ते बोटी किड़ी किड़ी कहते ही रखनी है चलो उन्होंने दे के तो उन्होंने कहा खाता जरा ना क्लीयर कर दौ है चल तोल के दे के आ उन्होंने अस्सलाम वालेकुम जी। वालेकुम सलाम। ਕੀ ਹਾਲ ਚਾਲ ਜੀ ਕਸਾਈ ਸਾਹਿਬ? ਅੱਲਾਹ ਦਾ ਕਰਮ ਭਾਜੀ, ਉਹਨਾਂ ਨਾਲ ਬਾਟੀ ਭੇਜ ਦਿੱਤੀ ਹੈ ਹੋਟਲ ਵਾਲਿਆਂ ਨਾਲ? ਹਾਂਜੀ, ਉਹਨਾਂ ਨੂੰ ਕੋਈ ਹਿਸਾਬ ਸਾਰਾ ਕਰਿਓ, ਅਸੀਂ ਪੈਸੇ ਦੇਣੇ ਮੰਡੀ ਦੇ। ਹਾਂਜੀ ਭਾਜੀ, ਦੋ ਮਿੰਟ ਟਾਈਮ ਦਿਓਗੇ ਜੀ? ਜੀ ਜੀ ਸਰ। ਹਾਂਜੀ ਭਾਜੀ, ਸਿਹਤ ਵੀ ਠੀਕ ਹੈ ਜੀ? ਅੱਲਾਹ ਪਾਕ ਦਾ ਕਰਮ ਸਰ। ਘਰ ਬੱਚੇ ਠੀਕ ਨੇ? ਹਾਂਜੀ ਸ਼ੁਕਰ ਮਾਲਕ ਦੀ ਜ਼ਾਤ। ਹਰ ਤਰ੍ਹਾਂ ਖੈਰੀਅਤ ਹੈ ਜੀ? ਖੈਰੀਅਤ ਸਰ, ਖੈਰੀਅਤ। ਮਾਸ਼ਾਅੱਲਾ ਕੰਮ ਠੀਕ ਹੈ ਜੀ? ਸ਼ੁਕਰ ਹੈ ਜੀ ਅੱਲਾਹ ਪਾਕ ਦੀ ਜ਼ਾਤ ਦਾ। ਵਿਕ ਰਿਹਾ ਮੁਰਗਾ ਜੀ? ਹਾਂਜੀ, ਹੋਟਲਾਂ ਹੋਟਲਾਂ 'ਤੇ ਮਾਲ ਜਾਂਦਾ ਆਪਣਾ, ਉਹ 200 ਕਿਲੋ ਇੱਥੇ ਵਿਕ ਜਾਂਦਾ ਦੁਕਾਨਦਾਰੀ, ਪ੍ਰਚੂਨ ਸੇਲ ਆ। ਅੱਲਾਹ ਪਾਕ ਦੀ ਬੜੀ ਰਹਿਮਤ ਆ। ਬੱਚੇ ਠੀਕ ਨੇ? ਸ਼ੁਕਰ ਅੱਲਾਹ ਦੀ ਜ਼ਾਤ ਦਾ। ਬਾਰਿਸ਼ਾਂ ਹੋ ਰਹੀਆਂ ਨੇ ਅੱਜ ਕੱਲ੍ਹ? ਬਾਰਿਸ਼ਾਂ ਨੇ ਤੇ ਜੀ, ਬਾਰਿਸ਼ਾਂ ਅੱਲਾਹ ਪਾਕ ਨੇ ਮੌਸਮ ਠੰਡਾ ਕੀਤਾ। ਰਹਿਮਤ ਆ, ਰਹਿਮਤ ਆ, ਰਹਿਮਤ ਰਹਿਮਤ ਆ ਨਾ ਜੀ। ਹਾਂਜੀ, ਇਹ ਰੱਬ ਦੇ ਜਿਹੜੇ ਕੰਮ ਨੇ ਨਾ ਜੀ ਜੀ, ਉਹਦੇ 'ਚ ਇਹ ਨਹੀਂ ਕਹੀਦਾ ਹੁਣ ਬਸ ਕਰ ਨਾ ਜੀ ਨਾ, ਜਾਂ ਹੁਣ ਪਾ ਦੇ ਜਾਂ ਹੁਣ ਨਾ ਪਾ। ਉਹਦੇ ਕੰਮਾਂ 'ਚ ਅਮਲ ਦਖਲ ਨਹੀਂ ਦੇਣਾ, ਦਖਲ ਦੇਣਾ ਹੀ ਨਹੀਂ ਚਾਹੀਦਾ ਜੀ। ਉਹ ਰੱਬ ਵਾ, ਉਹ ਰੱਬ ਆ, ਉਹ ਬਿਹਤਰ ਜਾਣਦਾ, ਬਿਹਤਰ ਜਾਣਦਾ। ਉਹਨੂੰ ਪਤਾ ਆ ਕਿ ਕਿਹੜੇ ਟਾਈਮ ਮੀਂਹ ਪਾਉਣਾ ਆ ਜੀ ਜੀ, ਤੇ ਕਿਹੜੇ ਟਾਈਮ ਹਟਾਉਣਾ ਵਾ, ਹਟਾਉਣਾ ਆ। ਰੱਬ ਦੀ, ਰੱਬ ਦੇ ਕੰਮ ਨੇ। ਤੇ ਕੀ ਭਲਾ ਆ ਮੁਰਗੀ ਦਾ ਅੱਜ ਦਾ ਕੀ ਰੇਟ ਆ? 600 ਜੀ। ਹਾਂਜੀ, 600 ਜ਼ਿੰਦਾ ਗੋਸ਼ਤ, ਗੋਸ਼ਤ ਆ 600 ਰੁਪਏ ਕਿਲੋ, ਠੀਕ ਆ। ਹੈਂ, ਜ਼ਿੰਦਾ 400, ਜ਼ਿੰਦਾ 400 ਰੁਪਏ ਕਿਲੋ ਆ ਜੀ, ਗੋਸ਼ਤ 600, 600 ਰੁਪਏ। ਅੱਜ ਸਾਰਿਆਂ ਕੋਲ ਮੇਰਾ ਪੁੱਤ ਪੈਸੇ ਇਕੱਠੇ ਕਰਕੇ ਦੇ ਹੈ ਸ਼ਾਮ ਨੂੰ, ਤੇ ਇਹ ਆ ਕਿ ਮਾਲ ਮਿਲ ਜਾਂਦਾ ਇਕੱਠਾ? ਹਾਂਜੀ, ਵਿਆਹ ਸ਼ਾਦੀ ਵਾਸਤੇ। ਹਾਂਜੀ, ਅਸਲ ਦੇ ਵਿੱਚ ਜੀ ਅਸੀਂ ਕਰਦੇ ਵੀ ਹਾਂ, ਅਤੇ ਸਾਡਾ ਨਾ ਫਾਰਮ ਵੀ ਆ ਆਪਣਾ। ਹਾਂਜੀ, ਇਹ ਸਵੇਰ ਨੂੰ ਗੱਡੀਆਂ ਆਪਣੀਆਂ ਮਾਸ਼ਾਅੱਲਾ 2 ਚੱਲਦੀਆਂ। ਅੱਛਾ ਜੀ, ਮਾਲ ਸਾਰਾ ਇੱਥੇ ਲਵਾਈਦਾ। ਅੱਛਾ, ਫਿਰ ਇੱਥੋਂ ਜਿਹੜੇ ਦੁਕਾਨਦਾਰ ਆ ਨਾ, ਛੋਟੇ ਦੁਕਾਨਦਾਰ, ਉਹ ਇੱਥੋਂ ਮਾਲ ਲੈ ਕੇ ਜਾਂਦੇ ਤੁਹਾਡੇ ਕੋਲੋਂ? ਹਾਂਜੀ। ਅੱਛਾ, ਉਹ ਮੁਰਗੀ ਖਾਨੇ ਹੋਣੇ ਆ ਨਾ? ਹਾਂਜੀ ਹਾਂਜੀ ਹਾਂਜੀ। ਇਹ ਕਿੰਨੇ ਚਿਰ 'ਚ ਤਿਆਰ ਹੋ ਜਾਂਦਾ ਜੀ ਬੱਚਾ? ਇਹ ਜੀ ਜਿਹੜਾ ਸਹੀ ਹੈ ਨਾ, 2.5 ਕਿਲੋ ਦਾ ਪੀਸ ਹੋ ਜਾਂਦਾ, 2.5 ਦਾ ਪੀਸ। ਹਾਂਜੀ, ਇਹ 40-42 ਦਿਨ ਲੱਗ ਜਾਂਦੇ। 40-42 ਦਿਨ, 40-42 ਦਿਨਾਂ 'ਚ ਮੁਰਗਾ ਬਣ ਜਾਂਦਾ। ਹਾਂ, ਨਾਂ ਵਾਲੇ ਆਪਣਾ ਫਾਰਮ ਆ। ਨਾਂ ਵਾਲੇ? ਹਾਂਜੀ। ਮੁਰਗਾ ਬਣਦਾ ਕਿ ਮੁਰਗੀ ਹੈ? ਇਹ ਤਾਂ ਮੁਰਗੀ ਹੈ ਜੀ ਸਾਰੀ। ਮੁਰਗੀ? ਹਾਂਜੀ, ਫੀਮੇਲ ਹੈ। ਹਾਂਜੀ, ਨਾਂ ਪੈ ਗਿਆ ਨਾ, ਮੁਰਗਾ ਲੈਣ ਚੱਲੀਏ, ਮੁਰਗਾ ਲੈਣ ਚੱਲੀਏ, ਹੈ ਅਸਲ ਮੁਰਗੀ ਸਾਰੀ, ਜਨਾਨੀ ਸਾਥ ਹੈ। ਅੱਛਾ ਜੀ, ਕੀ ਭਾਅ ਦੱਸਿਆ ਜੀ? 600 ਰੁਪਏ ਭਾਅ ਜੀ ਗੋਸ਼ਤ। ਮੌਸਮ ਠੀਕ ਆ ਅੱਜ? ਹਾਂਜੀ, ਮੌਸਮ ਅੱਲਾਹ ਦੀ ਰਹਿਮਤ ਆ ਜੀ, ਅੱਲਾਹ ਪਾਕ ਨੇ ਸ਼ੁਕਰ ਕੀਤਾ ਅੱਲਾਹ ਦੀ ਜ਼ਾਤ ਦਾ ਕਿ ਅੱਲਾਹ ਨੇ ਮੌਸਮ ਠੰਡਾ ਕਰ ਦਿੱਤਾ। ਹੁਣੇ ਉੱਠਿਆ ਸੀ ਮੈਂ ਵੀ। ਹਾਂਜੀ, ਤੇ ਮੈਂ ਕਿਹਾ ਚਲੀਏ ਯਾਰ, ਸਹੀ ਘਰ ਕੋਈ ਨਹੀਂ ਨਾ ਹੁੰਦਾ। ਹਾਂਜੀ, ਬੱਚੇ ਸਾਰੇ ਅਮਰੀਕਾ ਨੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਮਾਸ਼ਾਅੱਲਾ। ਉਹ ਧੀਆਂ ਵੀ ਉੱਥੇ ਪੜ੍ਹਨ ਡਈ ਆ, ਪੁੱਤ ਵੀ ਉੱਥੇ ਪੜ੍ਹਨ ਡਿਆ ਆ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਤੇ ਇੱਥੇ ਇਕੱਲੇ ਹੀ ਰਹਿੰਦੇ ਹੋ? ਇਕੱਲਾ ਹੀ, ਇਕੱਲਾ ਹੀ। ਨਾਲ ਇਕੱਲੇ ਤੁਸੀਂ ਤੇ ਨਾਲ ਨੌਕਰ ਚਾਕਰ? ਇੱਕ ਨੌਕਰ ਆ ਬਸ, ਇੱਕ ਡਰਾਈਵਰ ਆ, ਇੱਕ ਨੌਕਰ ਆ ਤੇ ਇੱਕ ਮੋਰਚੀ ਆ। ਆ ਕੀ ਕਹਿੰਦਾ ਘੜੀ ਘੜੀ? ਇਹ ਜੀ ਅਸਲ ਦੇ ਵਿੱਚ ਰੱਖਿਆ ਵਾ ਲੜਾਈ ਵਾਸਤੇ। ਲੜਾਈ? ਤੁਹਾਡੀ ਲੜਾਈ ਹੁੰਦੀ ਰਹਿੰਦੀ? ਓ ਭਾਜੀ, ਮੁਰਗਾ ਲੜਾਈ ਵਾਲਾ ਵਾ, ਇਹ ਬੱਚੇ ਨੂੰ ਸ਼ੌਕ ਆ ਸ਼ਗਿਰਦਾ, ਇਹਨੇ ਸੀਲ ਮੁਰਗੇ 2 ਰੱਖੇ ਆ। ਨਹੀਂ, ਲੜਾਈ ਵਾਸਤੇ ਬੰਦਾ ਪਿਸਤੌਲ ਰੱਖਦਾ, ਕੋਈ ਬੰਦੂਕ ਰੱਖਦਾ ਆ, ਤੁਸੀਂ ਕੁੱਕੜ ਰੱਖਿਆ? ਉਹ ਬਸ ਜੀ ਆਪਣੇ ਇੱਥੇ ਮੁਹੱਲੇ ਦੇ ਹਿਸਾਬ ਦੇ ਨਾਲ ਰੱਖੇ ਆ। ਉਹ ਵੇਖੋ, ਇੱਕ ਅੰਦਰ ਵੀ ਆ, ਇਹ ਲੜਾਈ ਵਾਲਾ ਵਾ, ਉਹ ਸੁਲਾਹ ਵਾਲਾ ਵਾ। ਸੁਲਾਹ ਵਾਲਾ? ਇਹ ਪਹਿਲੇ ਲੜ ਪੈਂਦਾ ਹੋਣਾ, ਬਾਅਦ 'ਚ ਉਹ ਜਾ ਕੇ ਕਹਿੰਦਾ ਹੋਣਾ ਕਿ ਬੱਚੇ ਕੋਲ ਗਲਤੀ ਹੋ ਗਈ, ਗਲਤੀ ਹੋ ਗਈ, ਇਹਨੂੰ ਮਾਫ਼ ਕਰ ਦਿਓ, ਹੁਕਮ ਕਰੋ। ਅਤੇ ਬੰਦੇ ਆਪਣੇ ਕੋਲ ਕਿੰਨੇ ਕੁ ਨੇ? ਬੰਦੇ ਆਪਣੇ ਕੋਲ ਸਾਰਾ ਬੱਚਾ ਵਾ ਆਪਣਾ,
ਫਿਰ ਭਾਈ ਨੇ ਸਵੇਰੇ ਦੋ ਗੱਡੀਆਂ ਤੇ ਚੱਲਦੇ ਨੇ ਉਹ ਉਧਰੋਂ ਆਪਣੇ ਮਾਲ ਬਹੁਤੀ ਲੜਾਈ ਵਾਲਾ ਹੈ ਹਾਂਜੀ ਤੇ ਮਾਲ ਪੂਰਾ ਹੋ ਜਾਏਗਾ ਨਾ ਜੀ ਇਨਸ਼ਾਅੱਲਾ ਮਾਲ ਜਿੰਨਾ ਤੁਹਾਡਾ ਦਿਲ ਕਰੇ ਭਾਜੀ ਜਿੰਨਾ ਕਹੋ ਮਾਲ ਅੱਛਾ ਪਰ ਦੱਸਣਾ ਤੁਹਾਨੂੰ ਸਾਨੂੰ ਸ਼ਾਮ ਨੂੰ ਪੈਣਾ ਕਿਆ ਤੁਹਾਨੂੰ ਸਵੇਰੇ ਮਾਲ ਚਾਹੀਦਾ ਨਾ ਹਾਂਜੀ ਤੇ ਤੁਸੀਂ ਸਾਨੂੰ ਅੱਜ ਤਲਾ ਕਰੋਗੇ ਇੱਕ ਦਿਨ ਪਹਿਲੇ ਹਾਂ ਫਿਰ ਫਿਰ ਅਸੀਂ ਮੰਡੀਓਂ ਉਸ ਹਿਸਾਬ ਨਾਲ ਮਾਲ ਲਿਆਈਦਾ ਫਿਰ ਕਿਉਂਕਿ ਅਸੀਂ ਆਪਣੀ ਦੁਕਾਨ ਦਾ ਸਰਕਟ ਪੂਰਾ ਕਰਕੇ ਫਿਰ ਤੁਹਾਡਾ ਵਾਫਰ ਲਿਆਉਣਾ ਜਿਹੜਾ ਤੁਹਾਨੂੰ ਦੇਣਾ ਅੱਛਾ ਅੱਛਾ ਪਹਿਲੇ ਦੁਕਾਨ ਦਾ ਲੈਦਾ ਤੇ ਉਸ ਤੋਂ ਬਾਅਦ ਜਿਹੜਾ ਮੇਰਾ ਆਰਡਰ ਹੋਇਆ ਹਾਂ ਜਿਹੜਾ ਤੁਹਾਡਾ ਆਰਡਰ ਹੋ ਅਸੀਂ ਫਿਰ ਲੈਦਾ ਪਾ ਕੇ ਲਿਆ ਤੇ ਸ਼ਾਦੀਆਂ ਵਿਆਹਾਂ ਦੇ ਆਰਡਰ ਤੁਸੀਂ ਇੱਕ ਦਿਨ ਪਹਿਲੇ ਲੈ ਲਓ ਹਾਂਜੀ ਨਹੀਂ ਕੋਈ ਆ ਜਾਵੇ ਕੋਈ ਕੋਈ ਆ ਜਾਵੇ ਬੰਦਾ ਕਿ ਮੈਨੂੰ ਜੀ ਰਜੈਂਟ ਚਾਹੀਦਾ ਤੇ ਫਿਰ ਦੁਕਾਨਾਂ ਹੈਗੀਆਂ ਨੇ ਇੱਧਰ ਆਪਣੇ ਢੁੱਡੀ ਵਾਲੇ ਦੋ ਭਾਈ ਨੇ ਆਪਣੇ ਛੋਟੇ ਅੱਛਾ ਉਹਨਾਂ ਦੀਆਂ ਦੁਕਾਨਾਂ ਤੇ ਮਾਲ ਉਹਨਾਂ ਦੀ ਦੁਕਾਨ ਤੋਂ ਫੜ ਲਿਆਈਦਾ ਨਹੀਂ ਤੇ ਫਿਰ ਉਹ ਅਗਰ ਕੋਈ ਬੰਦਾ ਕਹੇ ਮੈਨੂੰ ਪੰਜ ਮਣ ਚਾਹੀਦਾ ਹੈ ਹਾਂਜੀ ਤੇ ਉਹਦੇ ਵਾਸਤੇ ਕਿੰਨੇ ਕੁ ਘੰਟੇ ਚਾਹੀਦੇ ਹੁੰਦੇ ਆ ਕੋਈ ਨਹੀਂ ਜੀ ਕੋਈ ਘੰਟਾ ਨਹੀਂ ਪੰਜ ਮਣ ਮਾਲ ਵਾਸਤੇ ਗੋਸ਼ਤ ਗੋਸ਼ਤ ਬਣਾ ਕੇ ਦੋ ਘੰਟੇ ਬਹੁਤ ਆ ਬਸ ਹਾਂਜੀ ਦੋ ਘੰਟਿਆਂ 'ਚ ਪੰਜ ਮਣ ਗੋਸ਼ਤ ਤਿਆਰ ਵਾਹ ਵਾਹ ਪੈਸੇ ਨਗਦ ਪੈਸੇ ਨਗਦ ਭਾਜੀ ਤੇ ਮਾਲ ਮੈਨੂੰ ਚਾਹੀਦਾ ਠੀਕ ਹੈ ਜੀ ਤੇ ਕੌਣ ਪਹੁੰਚਾਏਗਾ ਤੁਸੀਂ ਸਰ ਆਪਣਾ ਤੁਸੀਂ ਲੋਕੇਸ਼ਨ ਸੈਂਡ ਕਰ ਦਿਓ ਮੋਬਾਈਲ ਤੇ ਬੱਚੇ ਦੇ ਅੱਛਾ ਜੀ ਤੇ ਤੁਸੀਂ ਦੱਸੋ ਤੇ ਪੈਸੇ ਜਾਇਜ਼ ਕੈਸ਼ ਭੇਜ ਦਿਓ ਭਾਵੇਂ ਤੁਸੀਂ ਨੈਟ ਦੇ ਦਿਓ ਤੇ ਜਿੱਥੇ ਕਹੋਗੇ ਮਾਲ ਪਹੁੰਚ ਜਾਏਗਾ ਇੱਥੇ ਗੋਸ਼ਤ ਕਰਵਾਉਣਾ ਇੱਥੇ ਕਰਵਾ ਲਿਓ ਘਰ ਜਾ ਕੇ ਕਰਵਾਉਣਾ ਮੁਰਗਾ ਕਲੇਜੀ ਕੋਟਾ ਨਹੀਂ ਚਾਹੀਦਾ ਜੀ ਕਲੇਜੀ ਕੋਟੇ ਦੇ ਫਿਰ ਸਰ ਤੁਹਾਡੇ ਪੈਸੇ ਵੱਧ ਹੋ ਜਾਣੇ ਵੱਧ ਹੋ ਜਾਣ 640 ਰੁਪਏ ਲੱਗੇਗਾ 640 ਕਿ 650 ਹੋ ਜਾਣ ਜੀ ਭਾਵੇਂ ਨਹੀਂ ਜੀ ਨਹੀਂ 640 ਆ 640 ਰੁਪਏ ਹੋ ਜਾਣ ਲੇਕਿਨ ਕਲੇਜੀ ਕੋਟਾ ਨਹੀਂ ਚਾਹੀਦਾ ਜੀ ਨਹੀਂ ਹੋਏ ਗਰਦਨ ਗਰਦਨ ਵੀ ਨਹੀਂ ਗਰਦਨ ਵੀ ਨਹੀਂ ਨਹੀਂ ਫਿਰ ਤੁਹਾਡਾ ਇੰਜ ਹੋ ਜਾਏਗਾ ਕਿ ਪੂਰਾ 650 ਹੀ ਗਰਦਨ ਕੋਟਾ ਤੇ ਕਲੇਜੀ ਨਹੀਂ ਹੋਏ 650 ਕਰ ਲਓ ਜੀ ਤੇ ਉਹਦੇ ਵਿੱਚ ਇਹ ਆ ਕਿ ਬੋਟੀ ਦਰਮਿਆਨੀ ਠੀਕ ਹੈ ਸਰ ਦਰਮਿਆਨੀ ਕੀ ਮਾੜੀ ਜੀ ਛੋਟੀ ਦੇ ਕਰ ਗਈ ਦੇ ਕਰ ਗਈ ਇਹ ਆ ਕਿ ਖਾਓ ਤੇ ਪਤਾ ਲੱਗੇ ਕਿ ਕਿਸੇ ਸੁਨਿਆਰੇ ਨੇ ਗੋਸ਼ਤ ਬਣਾਇਆ ਇਨਸ਼ਾਅੱਲਾ ਭਾਜੀ ਠੀਕ ਹੈ ਨਾ ਜੀ ਇਨਸ਼ਾਅੱਲਾ ਦੇਸੀ ਵੀ ਹੁੰਦਾ ਆਪਣੇ ਕੋਲ ਦੇਸੀ ਜੀ ਨਹੀਂ ਦੇਸੀ ਲਵਾਈ ਦਾ ਵਾ ਉਹ ਕਦੀ ਕਿਤੇ ਆਉਂਦਾ ਹਫ਼ਤੇ 'ਚ ਇੱਕ ਦੋ ਵਾਰੀ ਉਹ 20 ਸਿਰ ਮਾਲ ਲਵਾਈ ਦਾ ਉਹ ਜਿਹੜੇ ਪੱਕੇ ਗਾਹਕ ਨੇ ਨਾ ਕੋਈ ਖਾਸ ਬੰਦੇ ਹਾਂ ਫੋਨ ਮਾਰ ਦਿੰਦੇ ਨੇ ਕਿ ਦੇਸੀ ਅੱਜ ਆਇਆ ਉਹਨਾਂ ਨੂੰ ਕਹੀਦਾ ਆਇਆ ਉਹ ਕਰਦੇ ਯਾਰ 5 ਕਿਲੋ ਇੰਨਾ ਉਹ ਫਿਰ ਵਿਕ ਜਾਂਦਾ ਉਸ ਦੇਸੀ ਜਿਹੜਾ ਇਹ 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 ਵਰਾਈਟੀ ਹੈ ਇਹ ਬਲੈਲਰ ਹੈ ਜੀ ਅੱਛਾ ਤੇ ਮੁੰਡਾ ਇਹ ਮੁੰਡਾ ਜੀ ਹਾਂਜੀ ਬਸ ਠੀਕ ਹੈ ਇਹਨੂੰ ਕਿਆ ਕਰਨਾ ਹੈ ਕਿ ਮੰਗਲ ਨੂੰ ਹਾਂਜੀ ਸਵੇਰੇ 6 ਵਜੇ ਸਵੇਰ 6 ਵਜੇ ਹਾਂਜੀ ਸਵੇਰ 6 ਵਜੇ ਹਰ ਮੰਗਲ ਨੂੰ ਮੈਨੂੰ ਪਾਈਆ ਗੋਸ਼ਤ ਦੇ ਜਾਇਆ ਕਰੇ ਘਰ 250 ਗ੍ਰਾਮ ਨਹੀਂ ਆ ਜਿਹੜਾ ਤੁਸੀਂ ਕਹਿੰਦੇ ਪਏ ਸੀ ਪੰਜ ਮਣ ਇੱਥੇ ਕਰ ਦਿੰਦੇ ਆ ਕਿ ਘਰ ਪਹੁੰਚਾ ਕਿਹੜਾ ਦਿਆਗਾ ਤੇ ਉਹ ਪੰਜ ਮਣ ਕਦੋਂ ਚਾਹੀਦਾ ਨਹੀਂ ਪੰਜ ਮਣ ਨਹੀਂ ਚਾਹੀਦਾ 250 ਗ੍ਰਾਮ ਚਾਹੀਦਾ ਤੇ ਮੁੰਡਾ ਇਮਾਨਦਾਰ ਆ ਹਾਂਜੀ ਮੁੰਡਾ ਇਮਾਨਦਾਰ ਹੀ ਆ ਭਾਜੀ ਇਹ ਲਾ ਰਹਿਮ ਕਰੇ ਕਿਹੜਾ ਬੇਈਮਾਨ ਆ ਮੈਂ ਤੇ ਬਸ ਆਉਤਲੇ ਕੰਮ ਕਰਦਾ ਵਾਂ ਹਿਸਾਬ ਸੂਬ ਲੈਣਾ ਵਾਂ ਦੁਕਾਨਾਂ ਤੋਂ ਪੈਸੇ ਇਕੱਠੇ ਕਰਨਾ ਇਹੀ ਹੁੰਦਾ ਅੱਛਾ ਬੇਟੇ ਜਿਲ੍ਹੇ ਤੋਂ ਗੋਸ਼ਤ ਲੈ ਕੇ ਆਇਆ ਕਰਨਾ ਨਾ ਦੋ ਗੰਢੇ ਇੰਨਾ ਕੁ ਨਾਲ ਅਦਰਕ ਇੱਕ ਪੋਥੀ ਲਸਣ ਦੀ ਦੋ ਟਮਾਟਰ 10 ਦੀਆਂ ਮਿਰਚਾਂ 5 ਦਾ ਲੂਣ 5 ਦਾ ਸੁੱਕਾ ਧਨੀਆ ਅਤੇ ਇੰਨਾ ਕੁ ਹਰਾ ਧਨੀਆ ਗੱਲ ਸਮਝ ਆਈ ਅਤੇ 5 ਦਾ ਗਰਮ ਮਸਾਲਾ ਨਾਲ ਇੱਕ ਪੈਕਟ ਦਹੀਂ ਦਾ ਠੀਕ ਹੈ ਨਾ ਨਾਲ ਮਾੜੀ ਜਿਹੀ ਉਹਨੂੰ ਦੁਕਾਨਦਾਰ ਨੂੰ ਕੋਈ ਭੋਰਾ ਕੁ ਹਲਦੀ ਇਹ ਸਾਰੀਆਂ ਚੀਜ਼ਾਂ ਲੈ ਕੇ ਅਤੇ ਤੂੰ ਮੇਰਾ ਪੁੱਤ ਨਾ ਮੰਗਲ ਵਾਲੇ ਦਿਨ ਸਵੇਰ 6 ਵਜੇ ਘਰ ਪਹੁੰਚ ਜਾਇਆ ਕਰਨਾ ਅਤੇ ਮੰਗਲ ਦਿਨ ਆਪਾਂ ਨਾਸ਼ਤਾ ਮੁਰਗੇ ਦਾ ਕਰਿਆ ਕਰਨਾ ਠੀਕ ਹੈ ਮੇਰਾ ਬੇਟਾ ਧਿਆਨ ਨਾਲ ਹੈ ਅਤੇ ਮੁੰਡਾ ਬੇਈਮਾਨ ਤਾਂ ਨਹੀਂ ਹਾਂਜੀ ਸਾਰਾ ਮਟੀਰੀਅਲ ਤੁਸੀਂ ਸਾਡੇ ਕੋਲੋਂ ਲੈਣਾ ਹੈ ਅਤੇ ਉਹਦੇ ਵਿੱਚ ਬੇਈਮਾਨੀ ਕਿੰਨੇ ਕਰਨੀ ਹੈ ਤੁਹਾਡਾ ਘਰ ਆ ਕਿ ਹਸਪਤਾਲ ਆ ਮਤਲਬ ਕਿ ਆ ਥੋੜ੍ਹਾ ਥੋੜ੍ਹਾ ਸਮਾਨ ਸਾਰਾ ਤੁਸੀਂ ਪਾਈ ਆ ਮੁਰਗਾ ਲੈਣਾ ਆਉਂਦੇ ਆ ਤੁਸੀਂ ਇੰਜ ਆਏ ਹੋ ਗੱਡੀ 'ਚ ਤੁਸੀਂ ਇੰਜ ਉਤਰੇ ਆ ਕਿ ਜਿਵੇਂ ਤੁਸੀਂ ਪਤਾ ਨਹੀਂ ਕਿਸੇ ਕੀ ਗੱਲ ਆ ਕਿਸੇ ਕੰਪਨੀ ਦੇ ਮਾਲਕ ਆ ਬੱਚੇ ਤੁਹਾਡੇ ਸਾਰੇ ਅਮਰੀਕਾ ਵਾ ਹਾਂਜੀ ਤੇ ਕਿੱਥੇ ਅੱਗ ਲਾਉਣੀ ਇੰਨੀ ਕਮਾਈ ਨੂੰ ਮਤਲਬ ਪਾਈ ਆ ਤੁਸੀਂ ਗੋਸ਼ਤ ਕਹਿਣ ਨੇ ਆਉਂਦੇ ਆ ਤੁਸੀਂ 5 ਮਣ ਤੇ 10 ਮਣ ਤੇ ਇੰਜ ਪੁੱਛਿਆ ਕਿ ਕਿੰਨਾ ਕੁ ਮਾਲ ਹੁੰਦਾ ਆਪਣੇ ਕੋਲ ਅਰਜੈਂਟ ਮਾਲ ਲੱਭ ਜਾਏਗਾ ਅਰਜੈਂਟ ਪਾਈਆ ਚਾਹੀਦਾ
250 ਗ੍ਰਾਮ ਚਾਹੀਦਾ ਅਰਜੈਂਟ ਯਾਰ ਤੁਹਾਡੀ ਦੁਕਾਨਦਾਰੀ ਅਗਲਾ ਜਿੰਨਾ ਮਰਜ਼ੀ ਲਵੇ ਨਾਲੇ ਮੈਂ ਇਕੱਲੇ ਬੰਦੇ ਨੇ ਕਿੰਨਾ ਖਾ ਲੈਣਾ ਓ ਯਾਰ ਤੂੰ ਬੰਦਾ ਵੀ ਤੇ ਵੇਖ ਨਾ ਜਿੰਨਾ ਅਰਗਾ ਬੰਦਾ ਤੂੰ ਉਤੋਂ ਤਾਂ ਅਸੀਂ ਅੱਲਾ ਰਹਿਮ ਕਰੇ ਕਿਹੜਾ ਤੇਰੇ ਨਾਨਕੇ ਆ ਕੇ ਸਾਰਾ ਮਟੀਰੀਅਲ ਤੁਸੀਂ ਤੈਨੂੰ ਅਸੀਂ ਦੇਣਾ ਉਤੋਂ ਖੋਤਾ ਜਾਂਦਾ ਕਹੀ ਜਾਂਦੇ ਅੱਛਾ ਜੀ ਕੀ ਜੀ ਹਾਂਜੀ ਜੀ ਮਾਰ ਮਾਰ ਲਿੱਤਰ ਮੈਂ ਤੇਰਾ ਧੂੰ ਕੱਢ ਛੱਡਣਾ ਤੇਰਾ ਇਹ ਮੇਰੇ ਤੋਂ ਬਾਅਦ ਵੀ ਕਿਤੇ ਇੰਜ ਤੇ ਨਹੀਂ ਕਰਦਾ ਰਹਿੰਦਾ ਨਹੀਂ ਤੇ ਤੁਸੀਂ ਤੁਹਾਨੂੰ ਕਿਹੜੀ ਲੋੜ ਆ ਜੀ ਇਹ ਸਿਆਪਾ ਕਰਨ ਦੀ ਆ ਜਿੱਥੇ ਤੁਹਾਨੂੰ ਮਿਰਚ ਮਸਾਲੇ ਹਲਦੀ ਸਾਰਾ ਕੁਛ ਦੇਣਾ ਤੇ ਮੈਂ ਤੁਹਾਡੇ ਵਾਸਤੇ ਆਪ ਆਪਣੇ ਹੱਥੀ ਪਕਾ ਕੇ ਭੇਜਿਆ ਕਰਾਂਗਾ ਮਿਹਰਬਾਨੀ ਤੇ ਨਾਨ ਕਿਸ ਤਰ੍ਹਾਂ ਦਾ ਪਸੰਦ ਕਰਦੇ ਹੋ ਨਾਨ ਜਾਂ ਰੋਟੀ ਨਹੀਂ ਨਾਨ ਹੋਵੇ ਕਿਨਾਰਾ ਮਰਿਆ ਹੋਵੇ ਹਾਂਜੀ ਨਾਨ ਜਿੰਦਾ ਹੋਵੇ ਬਾਕੀ ਵਾਹ ਵਾਹ ਤੇ ਤੇਲ ਲੱਗੇ ਹੋਣ ਉੱਤੇ ਮਾੜਾ ਜਿਹਾ ਦੁੱਧ ਛਿੜਕਾ ਕਰਕੇ ਵਾਹ ਵਾਹ ਮਾਸ਼ਾਅੱਲਾ ਗੱਲ ਸਮਝ ਰਹੇ ਹੋ ਹਾਂਜੀ ਹਾਂਜੀ ਤੇ ਉੱਤੇ ਹਰਾ ਧਨੀਆ ਵੀ ਲਗਾਇਆ ਹੋਵੇ ਤੇ ਇੰਜ ਕਰਕੇ ਨਾ ਮਤਲਬ ਇੰਜ ਗੱਦੀ ਤੇ ਲਾ ਕੇ ਖਿਲਾਰ ਕੇ ਇੰਜ ਫੜ ਕੇ ਤੇ ਬੜੇ ਮੁਹੱਬਤ ਨਾਲ ਵਾਹ ਵਾਹ ਜੇ ਦੀ ਬੁਰਕੀ ਤੋੜੋ ਤੇ ਇੰਜ ਬੋਟੀ ਨੂੰ ਪਾਓ ਤੇ ਇੰਜ ਅੰਦਰ ਜਾਵੇ ਮੈਂ ਕਹਾਂ ਬੁਰਕੀ ਨਾਮ ਦੀ ਤੋੜੋ ਤਾਂ ਬੁਰਕੀ ਟੁੱਟੇ ਹੀ ਨਾ ਇੰਜ ਲੀਰਾ ਲੀਰਾ ਹੋ ਜਾਵੇ ਇੰਨਾ ਖਸਤਾ ਹੋਵੇ ਸੁਭਾਨ ਅੱਲਾ ਤੇ ਬੋਤਲ ਕਿਹੜੀ ਮੇਰਾ ਭਰਾ ਪੀਂਦਾ ਨਾਲ ਗੋਸ਼ਤ ਤੇ ਨਾਮ ਦੇ ਬੋਤਲ ਚਿੱਟੀ ਅੱਛਾ ਅੱਛਾ 7 ਅਪ ਜਾਂ ਸਪਰੈਟ ਹਾਂ ਜਿਹੜੀ ਮਰਜ਼ੀ ਦੋਵਾਂ 'ਚੋਂ ਜਿਹੜੀ ਮਰਜ਼ੀ ਹੋ ਜਾਵੇ ਮਾਸ਼ਾਅੱਲਾ ਤੇ ਇਹ ਨਾਸ਼ਤੇ ਤੋਂ ਬਾਅਦ ਦੁੱਧ ਪੱਤੀ ਕਿੰਨੀ ਦੇਰ ਬਾਅਦ ਜੀ ਅੱਧੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਕਿਉਂਕਿ ਐਦਾਂ ਨਾ ਜਿਲੇ ਰੋਟੀ ਖਾਂਦਾ ਹੀ ਬੰਦਾ ਚਾਹ ਪੀ ਲਵੇ ਨਾ ਹਾਂਜੀ ਹਾਂਜੀ ਫਿਰ ਉਹ ਚੀਜ਼ਾਂ ਦੀ ਤਾਕਤ ਜਿਹੜੀ ਹੈ ਨਾ ਉਹ ਜ਼ਾਇਆ ਹੋ ਜਾਂਦੀ ਓਹੋ ਮਿਹਦੇ 'ਚ ਗਰਮੀ ਵੀ ਹੋ ਜਾਂਦੀ ਗਰਮੀ ਹੋ ਜਾਂਦੀ ਇਹ ਬੇਟੇ ਲਿਆਉਂਦਿਆਂ ਮੇਰੇ ਤੱਕ ਘਰ ਪਹੁੰਚਦਿਆਂ ਚਾਹ ਠੰਡੀ ਤਾਂ ਨਹੀਂ ਹੋਏਗੀ ਦੁੱਧ ਪੱਤੀ ਨਹੀਂ ਨਹੀਂ ਮੈਂ ਇਹਦੇ ਹੱਥ ਥਰਮੋਸ ਦੇ ਵਿੱਚ ਤੁਹਾਡੀ ਚਾਹ ਪੱਤੀ ਬਣਾ ਕੇ ਥਰਮੋਸ 'ਚ ਪਾ ਕੇ ਹਾਂ ਤੇ ਉਹ ਉਹਦੇ ਵਿੱਚ ਦੇ ਕੇ ਆਇਆ ਕਰੇਗਾ ਤਾਂ ਅੱਛਾ ਇੱਕ ਮਿਹਰਬਾਨੀ ਕਰਨੀ ਹੈ ਕੱਪ ਤੇਰਾ 2 ਕਰ ਲੈਣਾ ਕਿਉਂਕਿ ਮੈਂ ਖਾਣੇ ਤੋਂ ਅੱਧੇ ਘੰਟੇ ਬਾਅਦ ਵੀ ਪੀ ਲਾਂਗਾ ਤੇ ਬਾਅਦ ਸ਼ਾਮ ਨੂੰ 4-5 ਵਜੇ ਨਹੀਂ ਇਹ ਦੁੱਧ ਪੱਤੀ ਦੇ ਨਾਲ ਕੱਪ 2 ਭੇਜਣੇ ਆ ਕਿ ਦੁੱਧ ਪੱਤੀ 2 ਹੋਣ 2 ਦੁੱਧ ਪੱਤੀਆਂ ਮਾਸ਼ਾਅੱਲਾ ਇੱਥੋਂ ਕਿਤੋਂ ਚੰਗੀ ਬੈਕਰੀ ਹੈ ਹਾਂਜੀ ਬੈਕਰੀ ਹਾਂਜੀ ਮਾਸ਼ਾਅੱਲਾ ਬੈਕਰੀ ਨਾਲ ਹੀ ਹੈ ਬਾਕਰਖਾਨੀਆਂ ਤੁਸੀਂ ਭੇਜਣੀਆਂ ਜਿਹੜੀਆਂ ਦਿਲ ਨਹੀਂ ਬਣਿਆ ਹੁੰਦਾ ਦਿਲ ਬਾਕਰਖਾਨੀਆਂ ਤੇ ਉੱਤੇ ਖੰਡ ਲੱਗੀ ਹੁੰਦੀ ਹੈ ਚੀਨੀ ਉਹ ਬਾਕਰਖਾਨੀਆਂ ਸੋਹਣੀਆਂ ਉਹ ਭੇਜਣੀਆਂ ਨਾ ਉਹ ਤੇ ਰਸ ਭੇਜਣੇ ਸੂਜੀ ਦੇ ਵਾਹ ਵਾਹ ਜਿਹੜਾ ਮੈਂ ਰਸ ਡਬੋਵਾਂ ਤੇ ਰਸ ਮੇਰੇ ਮੂੰਹ ਤੱਕ ਨਾ ਆਵੇ ਤੇ ਟੁੱਟ ਕੇ ਪਿਆਲੀ 'ਚ ਡਿੱਗ ਪਵੇ ਵਾਹ ਵਾਹ ਤੇ ਜਿਲੇ ਮੈਂ ਦੁੱਧ ਪੱਤੀ ਪੀ ਲਵਾਂ ਉਸ ਤੋਂ ਬਾਅਦ ਮੈਂ ਚਮਚੀ ਲੈ ਕੇ ਫਿਰ ਐਂਡ ਤੇ ਪੱਤੀ ਤੇ ਰਸ ਆਹਾ ਹਾ ਇੱਕ ਜਾਨ ਹੋਏ ਹੋਣ ਤੇ ਉਹ ਬੜਾ ਮਜ਼ਾ ਆਉਂਦਾ ਵੇ ਬੜਾ ਮਜ਼ਾ ਆਉਂਦਾ ਹਾਂਜੀ ਤੇ ਇਹ ਸਾਰੇ ਕੰਮ ਤੋਂ ਬਾਅਦ ਡਾਂਗਾਂ ਵਾਲੇ ਕਿੰਨੇ ਢੇਰ ਬਾਅਦ ਭੇਜਾਂ ਡਾਂਗਾਂ ਵਾਲੇ ਮਤਲਬ ਹਾਂਜੀ ਕੀ ਗੱਲ ਆ ਤੂੰ ਸਾਡਾ ਰਿਸ਼ਤੇਦਾਰ ਆ ਹੈਂ ਤੈਨੂੰ ਸ਼ਰਮ ਜਾ ਕੋਈ ਨਹੀਂ ਅੱਗੇ ਤੂੰ ਘਟਣ ਨਹੀਂ ਡਿਆ ਅੱਗੇ ਤੂੰ ਇਹ ਗੱਲ ਕਹੀ ਜਾਣਿਆ ਕਿ ਹਾਂਜੀ ਦੁੱਧ ਪੱਤੀ ਇੰਨੀ ਢੇਰ ਬਾਅਦ ਰੋਟੀ ਇੰਨੀ ਬਾਅਦ ਕਿਨਾਰੇ ਮਰੇ ਹੋਣ ਲੇਕਿਨ ਨਾਨ ਜੀਂਦਾ ਹੋਵੇ ਹੈਂ ਕਿਨਾਰੇ ਮਰੇ ਹੋਣ ਨਾਨ ਜੀਂਦਾ ਹੋਵੇ ਤੇ ਤੇਲ ਲੱਗੇ ਹੋਣ ਦੁੱਧ ਦਾ ਛੱਟਾ ਏਡਾ ਤੂੰ ਆਪਣੇ ਏਡਾ ਤੂੰ ਕਿਤੇ ਸਾਡਾ ਭਾਣਜਾ ਹੈਂ ਤੇ ਚੈੱਕ ਕਰਾਓ ਗੋਸ਼ਤ ਕਿਹੜਾ ਗੋਸ਼ਤ ਕੀ ਗੱਲ ਆ ਫੂਡ ਇੰਸਪੈਕਟਰ ਆ ਤੂੰ ਤੈਨੂੰ ਗੋਸ਼ਤ ਚੈੱਕ ਕਰਾਈਏ ਅੱਲਾ ਦੀ ਰਹਿਮਤ ਨਾਲ ਜਿੱਥੋਂ ਮਰਜ਼ੀ ਜਾ ਕੇ ਪੁੱਛ ਲਾ ਨਹੀਂ ਬਦਤਮੀਜ਼ੀ ਵਾਲੀ ਇਹ 'ਚ ਕਿਹੜੀ ਗੱਲ ਓ ਯਾਰ ਤੂੰ ਨਹੀਂ ਬਦਤਮੀਜ਼ੀ ਕਰਨ ਦੇ ਤੂੰ ਜ਼ਰਾ ਅਦਬ 'ਚ ਕਰਨ ਦੇ ਅਸੀਂ ਜ਼ਰਾ ਬੋਲ ਕੇ ਕਰਨ ਦੇ ਬੇਟਾ ਤੇਰਾ ਚੀਨੀ ਥੋੜੀ ਜੀ ਹਲਕੀ ਰੱਖਣਾ ਦੁੱਧ ਪੱਤੀ ਕਿਆ ਸ਼ੂਗਰ ਹੈ ਜਨਾਬ ਨੂੰ ਨਹੀਂ ਨਹੀਂ ਵੈਸੇ ਹੀ ਹੈ ਮੋਟਾ ਹੋ ਜਾਣਾ ਨਾ ਫਿਰ ਮੈਂ ਮੋਟਾ ਹੋ ਜਾਣਾ ਅਗਰ ਗੁੜ ਦੀ ਮਿਲੇ ਕੀ ਦੁੱਧ ਪੱਤੀ ਗੁੜ ਖਾਲਸ ਦੁੱਧ ਹੋਵੇ ਤੇ ਵਿੱਚ ਗੁੜ ਪਾਇਆ ਹੋਵੇ ਥੋੜਾ ਜਿਹਾ ਤਿੱਖਾ ਰੱਖ ਕੇ 2 ਇਲਾਚੀਆਂ ਐਵੇਂ ਚੁੰਡੀ ਇੱਕ ਸੌਂਫ ਦੀ ਪਾਈ ਹੋਵੇ ਤੂੰ ਇਹ ਦੱਸ ਹੀ ਨਹੀਂ ਆ ਯਾਦਾਂ ਦੱਸਣ ਨੇ ਆ ਸਾਨੂੰ ਤੈਨੂੰ ਕੀ ਹੋਣ ਵਾਲਾ ਮੈਨੂੰ ਹਾਂ ਨਹੀਂ ਨਹੀਂ ਮੈਨੂੰ ਤਾਂ ਕੁਛ ਨਹੀਂ ਹੋਣਾ ਨਹੀਂ ਮੈਨੂੰ ਲੱਗਦਾ ਤੈਨੂੰ ਕੁਛ ਹੋਣ ਵਾਲਾ ਜਿਹੜੀਆਂ ਐਡੀਆਂ ਪ੍ਰਾਈਵੇਸੀਆਂ ਵੀ ਦੱਸਣ ਨੇ ਆ ਹੈਂ ਤੇ ਬਚਣ ਵੀ ਡਿਆ ਕਿ ਗੁੜ ਹਲਕਾ ਹੋਵੇ ਹੈਂ ਤੇਰਾ ਹਲਕਾ ਜਿਹਾ ਤਿੱਖਾ ਹੋਵੇ ਕੀ ਗੱਲ ਆ ਤੈਨੂੰ ਕਿਸੇ ਹਸਪਤਾਲ ਦਾਖਲ ਆ ਤੂੰ ਇੰਨਾ ਕੁਛ ਤੇਰੇ ਲਈ ਲੈ ਕੇ ਆਉਣਾ ਚੌਲ ਮਿੱਠੇ ਕੀ ਗੱਲ ਵਾਜਿਆ ਵਾਲਾ ਤੂੰ ਚੌਲ ਮਿੱਠੇ ਕੀ ਗੱਲ ਆ ਨਹੀਂ ਮੈਂ ਕਿਹਾ ਥੋੜੇ ਜਿਹਾ ਅਗਰ ਮਿੱਠੇ ਚੌਲ ਹੋਣ ਤੇ ਮੈਂ ਬੋਟੀਆਂ ਜਿਲੇ ਖਾ ਲਵਾਂ ਜਿਹੜਾ ਬਚੇ ਮਸਾਲਾ ਮੁਰਗੇ ਦਾ ਉਹ ਮੈਂ ਪਾਵਾਂ ਮਿੱਠੇ ਚੌਲਾਂ ਦੇ ਉੱਤੇ ਅੱਛਾ ਇੰਨਾ ਕੁ ਪਾਵਾਂ ਦਹੀਂ ਤੇ ਮਜ਼ਾ ਆਏਗਾ ਕਿ ਨਹੀਂ ਤੂੰ ਇਹ ਦੱਸ ਮਾਮੇ ਆ ਸੀ ਤੇਰੇ ਤੈਨੂੰ ਖਾਰਿਓ ਲਾਉਣ ਆਉਂਦਾ ਕਿ ਤੇਰੀ ਹਰ ਗੱਲ ਮੰਨੀਏ ਕੀ ਤਕਲੀਫ ਕੀ ਆ ਭਾਈ ਤੈਨੂੰ ਹੈਂ ਯਾਰ ਤੁਸੀਂ ਦੁਕਾਨਦਾਰੀ ਤੇ ਆਰਾਮ ਨਾ ਕਰੀ ਦੇ ਓਏ ਯਾਰ ਤੇ ਤੂੰ ਕੀ ਕਰਨ ਨੇ ਗਾਹਕ ਇੰਜਦੇ ਹੁੰਦੇ ਆ ਅੱਜ ਤੱਕ ਤੂੰ ਸੁਣਿਆ ਕੋਈ ਬੱਚੇ ਤੇਰੇ ਕੀ ਕੰਮ ਕਰਦੇ ਬਾਹਰ ਪੜ੍ਹਦੇ ਨੇ
ਪੜਦੇ ਨੇ ਡਾਕਟਰ ਕੋਈ ਤੇਰਾ ਬੰਦਾ ਵਾਕਫ ਹੈ ਕੋਈ ਦੁਕਾਨ ਦੁਕਾਨ ਵਾਲਾ ਕੋਈ ਕਰਿਆਨੇ ਵਾਲਾ ਕੋਈ ਉਸ ਤਰ੍ਹਾਂ ਕੋਈ ਹੋਟਲ ਵਾਲਾ ਕੋਈ ਸਾਰੀ ਗੱਲਬਾਤ ਵਾਲਾ ਹੈ ਵਾਕਫ ਬੜੇ ਹੈ ਹਾਂ ਅੱਜ ਤੱਕ ਤੂੰ ਸੁਣਿਆ ਉਹਨਾਂ ਨੂੰ ਕਿਸੇ ਗਾਹਕ ਨੇ ਜਾ ਕੇ ਹੋਵੇ ਭਾਜੀ ਇੰਜ ਤੇ ਇੰਜ ਤੇ ਇੰਜ ਤੇ ਇੰਜ ਤੇ ਇੰਜ ਜਿੰਨੇ ਮਾਮਾ ਮਸਾਲੇ ਤੂੰ ਦੱਸੇ ਹੋ ਮੈਨੂੰ ਯਾਦ ਨਹੀਂ ਹੋਏ ਨਹੀਂ ਜਿੰਨੇ ਤੈਨੂੰ ਯਾਦ ਆ ਮੈਂ ਸਿਰਫ ਰਿਕੁਐਸਟ ਇਹ ਕੀਤੀ ਕਿ ਪਾਈਆ ਗੋਸ਼ਤ ਤੁਹਾਡੇ ਕੋਲੋਂ ਹਾਂ ਤੇ ਬੱਚਾ ਆਉਣ ਲੱਗਿਆ ਸਿਰਫ ਆ ਹਰਾ ਮਸਾਲਾ ਤੇ ਸੁੱਕੇ ਮਸਾਲੇ ਲੈ ਆਇਆ ਕਰੇ ਹਾਂ ਅੱਗੋਂ ਤੁਸੀਂ ਮੇਰੇ ਤੇ ਮਿਹਰਬਾਨੀ ਕੀਤੀ ਕਿ ਯਾਰ ਤੁਸੀਂ ਜੋ ਉੱਥੇ ਆਪ ਬਣਾਉਣਾ ਹੈ ਅਸੀਂ ਤੁਹਾਨੂੰ ਬਣਾ ਕੇ ਭੇਜ ਦਿਆ ਕਰਾਂਗੇ ਤੇ ਮੈਨੂੰ ਖੁਸ਼ੀ ਹੋਈ ਕਿ ਇੱਕ ਅੱਛੇ ਇਨਸਾਨ ਨਾਲ ਅੱਲਾਹ ਪਾਕ ਨੇ ਮੇਰਾ ਟਾਕਰਾ ਕਰਾਇਆ ਅਸੀਂ ਅੱਛੇ ਇਨਸਾਨ ਕੋਈ ਨਹੀਂ ਹੈਗੇ ਅੱਜ ਜੁੱਤੀਆਂ ਮਾਰ ਸਾਡੀ ਇਸ ਜ਼ਬਾਨ ਤੇ ਜਿੰਨੇ ਤੈਨੂੰ ਕਹਿ ਦਿੱਤਾ ਪਕਾ ਕੇ ਅਸੀਂ ਭੇਜਾਂਗੇ ਲਿੱਤਰ ਮਾਰ ਸਾਨੂੰ ਇੱਥੇ ਭੁੰਜੇ ਬਾ ਕੇ ਉਸ ਤੋਂ ਬਾਅਦ ਤੁਸੀਂ ਮੈਨੂੰ ਆਫਰ ਕੀਤੀ ਕਿ ਕੋਲਡ ਡਰਿੰਕ ਕਿਹੜੀ ਹਾਂ ਮੈਂ ਤੁਹਾਨੂੰ ਮੈਂ ਬਹੁਤ ਮੁਤਾਸਰ ਹੋਇਆ ਮੈਂ ਕਿਹਾ ਯਾਰ ਇਸ ਕਾਇਨਾਤ ਤੇ ਹਾਲੇ ਵੀ ਇੰਨੇ ਅੱਛੇ ਇਨਸਾਨ ਤੁਰੇ ਫਿਰਦੇ ਨੇ ਫਿਰ ਤੁਸੀਂ ਮੈਨੂੰ ਦੁੱਧ ਪੱਤੀ ਦੀ ਆਫਰ ਕੀਤੀ ਭਾਜੀ ਇਹ ਮੈਂ ਸਾਰੀ ਚਵਲਾ ਮਾਰੀਆਂ ਮੈਂ ਕੁੱਤੇ ਵਾਂਗਰ ਐਵੇਂ ਭੌਂਕੇ ਆਵਾਂਗੇ ਕਿਤੇ ਤੁਹਾਨੂੰ ਸ਼ਰਮ ਆ ਜੇ ਲੇਕਿਨ ਤੁਹਾਨੂੰ ਨਹੀਂ ਆਈ ਭਾਜੀ ਮੈਂ ਇਸ ਗੱਲੋਂ ਇਹ ਬਕਵਾਸ ਕੀਤੀ ਹੈ ਸਵੇਰੇ ਹੁਣ ਮੰਗਲ ਆ ਜੀ ਹਾਂਜੀ ਸਵੇਰੇ ਚਿਕਨ ਕੋਰਮਾ ਵੀ ਭੇਜੋ ਫਿਰ ਅੱਲਾ ਪਾਕ ਨੇ ਮੇਰੇ ਮੈਨੂੰ ਮੇਰੀ ਕਿਸੇ ਨੇਕੀ ਦਾ ਸਿਲਾ ਦਿੱਤਾ ਤੁਹਾਡੀ ਸੂਰਤ ਕੇ ਤੁਹਾਡਾ ਮੇਰਾ ਟਕਰਾ ਕਰਾਤਾ ਇਹ ਤੁਹਾਡੀ ਨੇਕੀ ਦਾ ਨਹੀਂ ਸਾਡੀ ਨੇਕੀ ਦਾ ਸਿਲਾ ਵਾ ਕਿ ਅਸੀਂ ਬੰਦੇ ਸ਼ਰੀਫ ਹਾਂ ਜਿਵੇਂ ਦੀਆਂ ਤੂੰ ਆਣ ਕੇ ਹਰਕਤਾਂ ਕੀਤੀਆਂ ਤੈਨੂੰ ਉਹ ਡਾਂਗ ਪੈਣੀ ਸੀ ਜਿਹੜਾ ਰਹਿ ਰੱਬ ਦਾ ਨਾਂ ਤੂੰ ਇਹ ਦੱਸ ਭਰਾਵਾ ਤੂੰ ਮੇਰੀ ਗੱਡੀ 'ਚ ਵੱਜਾਂ ਨਹੀਂ ਮੈਂ ਤੈਨੂੰ ਹਸਪਤਾਲ ਛੱਡ ਕੇ ਆਇਆ ਨਹੀਂ ਨਹੀਂ ਤੇ ਫਿਰ ਕਾਹਦੀ ਰੋਟੀ ਤੇ ਕਾਹਦੀਆਂ ਇਹਦੀਆਂ ਗੱਲਾਂ ਹੈ ਇਹ ਮੈਨੂੰ ਦੱਸ ਕਿ ਤੂੰ ਕਿਤੇ ਮੇਰੀ ਜਗ੍ਹਾ ਤੋਂ ਕੋਈ ਬੰਦਾ ਮਾਰਿਆ ਨਹੀਂ ਮੇਰੀ ਵਜ੍ਹਾ ਤੋਂ ਤੂੰ ਜੇਲ੍ਹ ਭੁਗਤਣਿਆ ਕਿ ਜਿਹੜਾ ਮੈਂ ਤੇਰੀ ਮੁਲਾਕਾਤ 'ਤੇ ਆਇਆ ਤੇ ਤੂੰ ਮੈਨੂੰ ਹਰ ਆਪਣੀ ਖੁਆਇਸ਼ ਦੱਸੇ ਕਿ ਆਹ ਲੈ ਕੇ ਆਉਣਾ ਤੇ ਆਹ ਤੇ ਮੈਂ ਅੱਗੇ ਲੈ ਕੇ ਆਵਾਂ ਕਿ ਨਹੀਂ ਯਾਰ ਇਹਨੇ ਮੇਰੇ 'ਤੇ ਬੜਾ ਵੱਡਾ ਆਸਾਨ ਕੀਤਾ ਐਸੀ ਕੋਈ ਗੱਲ ਨਹੀਂ ਹੈ ਜਾਂ ਫਿਰ ਇੱਥੇ ਭਾਜਾ ਪਰਾਂ ਇੱਦਾਂ ਤੂੰ ਸਾਨੂੰ ਦੱਸਣ ਡਿਆ ਜਿਵੇਂ ਤੂੰ ਹਸਪਤਾਲ ਦਾਖਲ ਆ ਤੇ ਤੇਰੀ ਮਰਜ਼ੀ ਦੀਆਂ ਅਸੀਂ ਸ਼ੈਵਾਂ ਲਿਆਈਏ ਉਹ ਇੰਨੀਆਂ ਸਿਫਾਰਿਸ਼ਾਂ ਤਾਂ ਕਦੀ ਸਾਨੂੰ ਸਾਡੇ ਨਿਆਣਿਆਂ ਨੇ ਨਹੀਂ ਕੀਤੀਆਂ ਅੱਛਾ ਜਿਹੜੇ ਅੱਛੇ ਲੋਕ ਹੁੰਦੇ ਨੇ ਉਹ ਥੋੜ੍ਹੇ ਜਿਹੇ ਗੁੱਸੇ ਵਾਲੇ ਹੁੰਦੇ ਆ ਤੇ ਜਿਹੜੇ ਬੇਸ਼ਰਮ ਲੋਕ ਹੁੰਦੇ ਆ ਉਹ ਬੜੇ ਧੀਮੇ ਲਹਿਜੇ 'ਚ ਹੁੰਦੇ ਆ ਇਸ ਗੱਲ ਦਾ ਪਤਾ ਤੁਹਾਨੂੰ ਹਾਂਜੀ ਹਾਂਜੀ ਹਾਂ ਮਾਸ਼ਾਅੱਲਾ ਨਹੀਂ ਇਹ ਤਾਂ ਗੱਲਾਂ ਸਮਝ ਲਾ ਦੋ ਹਾਂਜੀ ਹਾਂਜੀ ਸਵੇਰੇ ਬੇਟੇ 6 ਵਜੇ ਸਵੇਰੇ 6 ਵਜੇ ਇਹ ਮਸੀਤੇ ਮੰਜੇ ਦਾ ਕਹਿ ਕੇ ਮੁਸ਼ਕਪੁਰ ਮਾਰਕੀਟੋਂ ਲੈ ਕੇ ਅਗਰਬੱਤੀਆਂ ਲੈ ਕੇ ਤੁਹਾਡੀਆਂ ਨਾਸਾਂ 'ਚ ਜਿਹੜਾ ਰੂਹ ਦੇਣਾ ਉਹ ਲੈ ਕੇ ਕਿਸੇ ਦਰਜੀ ਕੋ ਜਾਏਗਾ ਉਹਨੂੰ ਕਹੇਗਾ ਕੋਈ ਪੁਰਾਣੀ ਪਾਟੀ ਲੀਰ ਹੈ ਉਹ ਤੁਹਾਡੇ ਅੰਗੂਠੇ ਬੰਨਣ ਵਾਸਤੇ ਹੈਂ ਤੇ ਇਹ ਸਾਰਾ ਕੁਝ ਲੈ ਕੇ ਆਏਗਾ ਇਹ ਨਵਾਣ ਵਾਲੇ ਨੂੰ ਕਹਿ ਕੇ ਆਏਗਾ ਹੈਂਜੀ ਇਹ 4 ਬੰਦਿਆਂ ਦਾ ਇੰਤਜ਼ਾਮ ਕਰੇਗਾ ਜਿਨ੍ਹਾਂ ਨੇ ਤੁਹਾਨੂੰ ਚੱਕਣਾ ਹੈ ਹੋਰ ਦੱਸੋ ਕੋਈ ਗੱਲਬਾਤ ਰਹਿ ਗਈ ਆ ਤੇ ਕੁਲਾਂ ਦੀ ਰੋਟੀ ਅਸੀਂ ਦੇਣੀ ਆ ਕਿ ਕੋਈ ਤੁਹਾਡੇ ਰਿਸ਼ਤੇਦਾਰ ਹੈ ਅਸਲਾਮ ਅਲੈਕੁਮ ਵਾਲੇਕਮ ਅਸਲਾਮ ਤਦਫਾ